किसान इनू एक बने ते अन्नदाता कही जांदे हो, दूजे बने धक्के दे नाल ही जिहड़े बिल पास कर दिते उह साडे ही खत्म करन वास्ते, साडियां जमीनां हड़प्पण दे वास्ते क्यों चालां चलीआं जा रहीआं ने। साडा फर्ज भी बनदा क्योंकि इकल्ला किसानी दा नहीं, इह सारे वर्ग दा, इत्थे सारे तरहां दे लोग पहुंचे आ। चाह वेचण वाला, चाह बनाउण वाला प्रधानमंत्री बनिआ ते उहनूं की सवाह पता होगा साडे बारे। पर दिक्कत की सी कि मोदी नूं लगदा सी कल्ले पंजाब वाले हक मंग रहे आ, पर अज सोशल मीडिया उहने सारा कुछ विखा दित्ता कि सच्चाई कीड़ी आ। ਤੁਸੀਂ ਨਾਰਾ ਲਗਾ ਰਹੇ ਸੀ ਰਾਜ ਕਰੇਗਾ ਖਾਲਸਾ, ਹੈ ਨਾ, ਪਰ ਜੇ ਇਸ ਨਾਰੇ ਨੂੰ ਦੇਖੀਏ ਚਾਹੇ ਇਹਨਾਂ ਕਿਸਾਨਾਂ ਨੂੰ ਵੇਖੀਏ ਤਾਂ ਤੁਸੀਂ ਦੇਖਿਆ ਹੋਣਾ ਮੋਦੀ ਮੀਡੀਆ ਵੱਲੋਂ ਇੱਕ ਚੀਜ਼ ਚਲਾਈ ਜਾ ਰਹੀ ਹੈ, ਇਸ ਚੀਜ਼ ਨੂੰ ਨਾਮ ਦਿੱਤਾ ਜਾ ਰਿਹਾ ਹੈ ਖਾਲਿਸਤਾਨ ਦਾ। ਤੁਸੀਂ ਤਾਂ ਸ਼ੁਰੂ ਤੋਂ ਹੀ ਨਾਮ ਦਿੱਤੇ ਹੈ, ਭਾਵੇਂ 47 ਹੋਈ ਉਦੋਂ ਵੀ ਬਾਗੀ ਕਿਹਾ, ਭਗਤ ਸਿੰਘ ਸੀ ਉਦੋਂ ਵੀ ਬਾਗੀ ਕਿਹਾ, ਫਿਰ ਜਦੋਂ ਆਪਣੇ ਹੁਣ ਦੀ ਗੱਲ ਕਰ ਲਈਏ ਕਿਸਾਨ ਜੇ ਅਸੀਂ ਹੱਕ ਮੰਗ ਰਹੇ ਹਾਂ ਫਿਰ ਸਾਨੂੰ ਖਾਲਿਸਤਾਨੀਆਂ ਦਾ ਨਾਮ ਦਿੱਤਾ ਜਾਂਦਾ। ਬਾਗੀ ਬਣਨ ਨੂੰ ਜੀ ਨਹੀਂ ਕਰਦਾ, ਸਾਨੂੰ ਬਣਾਉਂਦੀ ਆ ਜ਼ਾਲਮ ਸਰਕਾਰ ਬਾਗੀ। ਜੈ ਜਵਾਨ ਜੈ ਕਿਸਾਨ ਦਾ ਨਾਰਾ ਗੂੰਜਿਆ ਪਿਆ ਹੈ ਕਿਸਾਨ ਦੇ ਹੱਕਾਂ ਦੇ ਵਿੱਚ। ਚਲੇ ਪਹਿਲਾਂ ਸਿਰਫ ਕਿਸਾਨ ਹੀ ਆਏ ਸੀ, ਪਰ ਹੁਣ ਪੂਰੀ ਦੁਨੀਆ ਦੇ ਵਿੱਚ ਕਿਸਾਨਾਂ ਦੇ ਸਹਿਯੋਗ ਦੇ ਲਈ ਵੱਖ ਵੱਖ ਥਾਵਾਂ ਤੋਂ ਜੋ ਹੈ ਲੋਕ ਇਸ ਦਿੱਲੀ ਮੋਰਚੇ ਦੇ ਵਿੱਚ ਆ ਰਹੇ ਨੇ। ਸਾਡੇ ਨਾਲ ਮੌਜੂਦ ਨੇ ਬੀਬੀ ਦਲੇਰ ਕੌਰ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਜੋ ਹੈ ਜੋ ਚੱਲ ਰਿਹਾ ਕਿਸਾਨ ਮੋਰਚੇ ਦੇ ਵਿੱਚ, ਤੁਹਾਡੀ ਸ਼ਿਰਕਤ ਕਰਨੀ ਕਿਸਾਨਾਂ ਦੀ ਸਪੋਰਟ ਦੇ ਵਿੱਚ ਆਏ ਜੀ, ਕਿਉਂਕਿ ਮੈਂ ਵੀ ਕਿਸਾਨ ਦੀ ਧੀ ਹਾਂ, ਸਾਡਾ ਪਰਿਵਾਰ ਜਿਹੜਾ ਸਾਰਾ ਕਿਰਤੀ ਹੈ, ਕਿਉਂਕਿ 90% ਜਿਹੜੇ ਸਾਡੇ ਦੀਵਾਨ ਲੱਗਦੇ ਆ ਇਹ ਵੀ ਕਿਸਾਨਾਂ ਦੇ ਘਰਾਂ ਦੇ ਵਿੱਚ ਲੱਗਦੇ ਆ। ਇਹ ਸਾਡੀ ਸਭ ਦੀ ਹੋਂਦ ਦੀ ਜਿਹੜੀ ਲੜਾਈ ਹੈ, ਕਿਉਂਕਿ ਇਹ ਜਿਹੜਾ ਕਿਸਾਨ ਇਹਨੂੰ ਇੱਕ ਬੰਨੇ 'ਤੇ ਅੰਨਦਾਤਾ ਕਹੀ ਜਾਂਦੇ ਹੋ, ਦੂਜੇ ਬੰਨੇ ਧੱਕੇ ਦੇ ਨਾਲ ਹੀ ਜਿਹੜੇ ਬਿੱਲ ਪਾਸ ਕਰ ਦਿੱਤੇ ਉਹ ਸਾਡੇ ਹੀ ਖਤਮ ਕਰਨ ਵਾਸਤੇ, ਸਾਡੀਆਂ ਜ਼ਮੀਨਾਂ ਹੜੱਪਣ ਦੇ ਵਾਸਤੇ ਕਿਉਂ ਚਾਲਾਂ ਚੱਲੀਆਂ ਜਾ ਰਹੀਆਂ ਨੇ। ਜੇ ਗੱਲ ਕੀਤੀ ਜਾਵੇ ਇਸ ਸਮੇਂ ਜਿੰਨੇ ਵੀ ਦਾਢੀ ਜੱਥੇ ਨੇ ਇਸ ਮੰਚ 'ਤੇ ਆ ਰਹੇ ਨੇ, ਇਸ ਮੋਰਚੇ ਦੇ ਵਿੱਚ ਆ ਰਹੇ ਨੇ, ਇਸ ਨੂੰ ਕਿਸ ਦਾ ਸੰਕੇਤ ਹੋ ਤੁਸੀਂ ਮੰਨ? ਵੇਖੋ ਜੇ ਤਾਂ ਗੱਲ ਕਰੀਏ ਢਾਡੀ ਸਿੰਘ ਇੱਥੇ ਪ੍ਰਚਾਰਕ ਆ ਕੇ ਇੱਕ ਗੱਲ ਹੁੰਦੀ ਹੈ ਜੋਸ਼ ਭਰਨ ਦੀ, ਕਿਉਂਕਿ ਇੱਥੇ ਨਾਲ ਜਿੱਥੇ ਸਾਡੇ ਬਜ਼ੁਰਗ ਹੈ ਉਹ ਨਾਲ ਸਾਡਾ ਸਾਥ ਦੇ ਰਹੇ, ਨੌਜਵਾਨੀ ਦੇ ਨਾਲ ਮੋਢੇ ਦੇ ਨਾਲ ਮੋਢਾ ਜੁੜ ਕੇ ਚੱਲਦੇ। ਮੈਂ ਸਟੇਜ 'ਤੇ ਵੀ ਜ਼ਿਕਰ ਕੀਤਾ ਸੀ ਜੋਸ਼ ਅਤੇ ਹੋਸ਼ ਦਾ, ਇਹ ਢਾਡੀ ਜਿਹੜੇ ਇੱਥੇ ਆ ਕੇ ਸਟੇਜ ਦੇ ਉੱਪਰ ਵਾਰਾਂ ਲੱਗਦੀਆਂ ਨੇ, ਇਹ ਉਹ ਆ ਕਿ ਜਿਨ੍ਹਾਂ ਦੀਆਂ ਨਾੜਾਂ ਵਿੱਚ ਜਿਹੜੇ ਅਜੇ ਵੀ ਘਰ ਬੈਠੇ ਆ, ਜਿਹੜੇ ਕਈ ਜੇ ਡਰਦੇ ਵੀ ਨੇ ਤੁਸੀਂ ਜਾਂ ਕਿਵੇਂ ਵੀ ਘਰਾਂ ਦੇ ਰੁਜ਼ਗਾਰ ਨੇ ਜਾਂ ਕੰਮਾਂ ਕਾਰਾਂ ਦੇ ਵਿੱਚ ਉਲਝੇ ਹੋਏ ਹੋ, ਇਹ ਜੋਸ਼ ਭਰਨ ਦੇ ਵਾਸਤੇ ਜਿਨ੍ਹਾਂ ਦੀਆਂ ਨਾੜਾਂ 'ਚ ਲਹੂ ਜੰਮਿਆ ਢਾਡੀ ਪਗਲਾਉਂਦੇ ਆ, ਤਾਂ ਕਰਕੇ ਇਸ ਮੋਰਚੇ ਸਾਡਾ ਫਰਜ਼ ਵੀ ਬਣਦਾ ਕਿਉਂਕਿ ਇਕੱਲਾ ਕਿਸਾਨੀ ਦਾ ਨਹੀਂ, ਇਹ ਸਾਰੇ ਵਰਗ ਦਾ, ਇੱਥੇ ਸਾਰੇ ਤਰ੍ਹਾਂ ਦੇ ਲੋਕ ਪਹੁੰਚੇ ਆ, ਹਰੇਕ ਧਰਮ ਦਾ, ਭਾਵੇਂ ਹਿੰਦੂ ਭਾਵੇਂ ਮੁਸਲਿਮ ਈਸਾਈ। ਤੁਸੀਂ ਵੇਖਦੇ ਸੋਸ਼ਲ ਮੀਡੀਆ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਜੇ ਗੱਲ ਕੀਤੀ ਜਾਵੇ ਇਸ ਸਮੇਂ ਇਹ ਜਦੋਂ ਮੋਰਚਾ ਸ਼ੁਰੂ ਹੋਇਆ ਸੀਗਾ ਤੇ ਸਭ ਤੋਂ ਪਹਿਲਾਂ ਜੋ ਪੰਜਾਬ ਦੇ ਕਿਸਾਨ ਸੀ ਉਹਨਾਂ ਨੇ ਜਾਣਿਆ ਕਿ ਜਿਹੜੇ ਸਾਡੇ ਹੱਕ ਨੇ ਉਹ ਮਰ ਰਹੇ ਨੇ। ਅੱਜ ਕਿਸਾਨਾਂ ਨੇ ਇੰਨਾ ਵੱਡਾ ਜੋ ਹੈ ਮੋਰਚਾ ਖੜਾ ਕੀਤਾ ਹੈ ਤੇ ਸਹਿਯੋਗ ਲਈ ਵੱਖ ਵੱਖ ਥਾਵਾਂ ਤੋਂ ਲੋਕ ਵੀ ਆ ਰਹੇ ਨੇ, ਸੋ ਇਹ ਜਿਹੜਾ ਸਹਿਯੋਗ ਹੈ ਤੁਹਾਡਾ ਕਦੋਂ ਤੱਕ ਜਾਰੀ ਰਹੇਗਾ? ਇੰਜ ਤਾਂ ਨਹੀਂ ਹੈ ਕਿ ਤੁਸੀਂ ਅੱਜ ਆ ਕੇ ਚਲੇ ਗਏ ਹੋ ਮੁੜ ਕੇ? ਦੇਖੋ ਮੈਂ ਆਪਣੀ ਗੱਲ ਕਰਾਂ ਕਿ ਤੁਸੀਂ ਕਹਿ ਰਹੇ ਹੋ ਕਿ ਜੇ ਤੁਸੀਂ ਅੱਜ ਆਏ ਹੋ ਮੁੜ ਕੇ ਚਲੇ ਜਾਵਾਂਗੇ, ਐਕਚੁਅਲੀ ਦੀਵਾਨ ਜਿੱਥੇ ਵੀ ਸਾਡੇ ਲੱਗਦੇ ਨੇ ਬੋਕੋ ਹੀ ਆਪਾਂ ਕੈਂਸਲ ਨਹੀਂ ਕਰ ਸਕਦੇ, ਉਹਨਾਂ ਦੇ ਵਿੱਚ ਵੀ ਆਪਾਂ ਸੋਸ਼ਲ ਮੀਡੀਆ ਰਾਹੀਂ ਅਪਡੇਟ ਆ, ਰੋਜ਼ ਨਵੀਂ ਨਵੀਂ ਨਿਊਜ਼ ਜਾਂ ਕੋਈ ਨਾ ਕੋਈ ਗੀਤ ਪੇਸ਼ ਕਰਕੇ ਕਿਸਾਨਾਂ ਦੇ ਹੱਕ ਦੇ ਵਿੱਚ ਨਾਲ ਖੜੇ ਹਾਂ ਉਹ ਜ਼ਰੂਰ ਪੇਸ਼ ਕਰਦੇ ਹਾਂ। ਅਤੇ ਤੁਸੀਂ ਗੱਲ ਕੀਤੀ ਸੀਗੀ ਕਿ ਜਦੋਂ ਤੋਂ ਇਹ ਸ਼ੁਰੂ ਹੋਇਆ ਸੰਘਰਸ਼ ਕਿ ਪੰਜਾਬ ਦੀ ਧਰਤੀ ਤੋਂ ਕਿਸਾਨ ਉੱਠੇ, ਇਹ ਹਰਿਆਣੇ ਤੋਂ ਜਿੱਥੇ ਵੀ ਕਿਸਾਨ ਵਰਸਦਾ, ਭਾਵੇਂ ਰਾਜਸਥਾਨ ਕਿਉਂ ਨਾ ਆਵੇ, ਕੇਰਲਾ ਕਿਉਂ ਨਾ ਆਵੇ, ਉੱਥੋਂ ਵੀ ਉੱਠੇ ਆ। ਪਰ ਦਿੱਕਤ ਕੀ ਸੀਗੀ, ਮੋਦੀ ਨੂੰ ਲੱਗਦਾ ਸੀ ਇਕੱਲੇ ਪੰਜਾਬ ਵਾਲੇ ਹੱਕ ਮੰਗ ਰਹੇ ਆ, ਪਰ ਅੱਜ ਸੋਸ਼ਲ ਮੀਡੀਆ ਉਹਨੇ ਸਾਰਾ ਕੁਝ ਵਿਖਾ ਦਿੱਤਾ ਕਿ ਸੱਚਾਈ ਕਿਹੜੀ ਆ, ਇਹ ਸਾਰੇ ਸਾਡੇ ਨਾਲ ਜੁੜੇ ਹੋਏ ਆ, ਕਿਉਂਕਿ ਇੱਕ ਜਾਣਾ ਇਕੱਲਾ ਕੁਝ ਵੀ ਨਹੀਂ ਕਰ ਸਕਦਾ, ਏਕਤਾ ਦੇ ਵਿੱਚ ਹੀ ਸਾਰਾ ਕੁਝ ਮਿਲਦਾ ਸਾਨੂੰ ਜੀ। ਮੈਂ ਸਟੇਜ ਤੇ ਹੁਣੀ ਸੁਣਿਆ ਤੁਸੀਂ ਨਾਰਾ ਲਗਾ ਰਹੇ ਸੀ ਰਾਜ ਕਰੇਗਾ ਖਾਲਸਾ, ਹੈ ਨਾ, ਪਰ ਜੇ ਇਸ ਨਾਰੇ ਨੂੰ ਦੇਖੀਏ ਚਾਹੇ ਇਹਨਾਂ ਕਿਸਾਨਾਂ ਨੂੰ ਵੇਖੀਏ ਤਾਂ ਤੁਸੀਂ ਦੇਖਿਆ ਹੋਣਾ ਗੋਦੀ ਮੀਡੀਆ ਵੱਲੋਂ ਇੱਕ ਚੀਜ਼ ਚਲਾਈ ਜਾ ਰਹੀ ਹੈ, ਇਸ ਚੀਜ਼ ਨੂੰ ਨਾਮ ਦਿੱਤਾ ਜਾ ਰਿਹਾ ਹੈ ਖਾਲਿਸਤਾਨ ਦਾ। ਖਾਲਿਸਤਾਨ ਦਾ ਉਹਨੂੰ ਮਤਲਬ ਪਤਾ, ਅਰਥ ਪਤਾ, ਖਾਲਸ ਦਾ ਭਾਵ ਹੁੰਦਾ ਜੇ ਸਾਫ ਸੁਥਰਾ, ਸਥਾਨ ਦਾ ਮਤਲਬ ਸਮਝਦੇ ਹੋ ਜਗ੍ਹਾ, ਤੇ ਜਿੱਥੇ ਹਰ ਇੱਕ ਨੂੰ ਸਹੀ ਚੀਜ਼ ਮਿਲ ਰਹੀ ਆ, ਸਾਫ ਸੁਥਰਾ ਥਾਂ ਮਿਲ ਰਿਹਾ ਆ, ਤੇ ਇਹਦੇ ਵਿੱਚ ਕੀ ਦਿੱਕਤ ਹੈ? ਤੁਸੀਂ ਤਾਂ ਸ਼ੁਰੂ ਤੋਂ ਹੀ ਨਾਮ ਦਿੱਤੇ ਹੈ, ਭਾਵੇਂ 47 ਹੋਈ ਉਦੋਂ ਵੀ ਬਾਗੀ ਕਿਹਾ, ਭਗਤ ਸਿੰਘ ਸੀ ਉਦੋਂ ਵੀ ਬਾਗੀ ਕਿਹਾ, ਫਿਰ ਜਦੋਂ ਆਪਣੇ ਹੁਣ ਦੀ ਗੱਲ ਕਰ ਲਈਏ ਕਿਸਾਨ ਜੇ ਅਸੀਂ ਹੱਕ ਮੰਗ ਰਹੇ ਹਾਂ ਫਿਰ ਸਾਨੂੰ ਖਾਲਿਸਤਾਨੀਆਂ ਦਾ ਨਾਮ ਦਿੱਤਾ ਜਾਂਦਾ, ਫਿਰ ਬਾਗੀਆਂ ਦਾ ਕਿਹਾ ਜਾਂਦਾ, ਪਰ ਧਿਆਨ ਨਾਲ ਸੁਣ ਲੈਣ, ਖਾੜਕੂ ਬਣਨਾ ਨਹੀਂ ਸੀ ਚਾਹੁੰਦੇ ਪਰ ਬਣਾਇਆ।
ਪਾਇਆ ਗਿਆ ਅਸੀਂ ਬਾਣੀ ਪੜਦੇ ਬਹੁਤ ਠੰਡੇ ਸਾਹ ਪਰ ਸਾਨੂੰ ਤਪਾਇਆ ਗਿਆ ਇਹ ਸ਼ੁਰੂ ਤੋਂ ਇੱਕ ਮੈਂ ਸ਼ਾਇਰ ਦੇ ਵਿੱਚ ਹੋਰ ਇਹ ਸਾਰਾ ਕਲੀਅਰ ਕਰਦੇ ਹਾਂ ਅਸੀਂ ਪੁੱਤਰ ਹਾਂ ਗੁਰੂ ਗੋਬਿੰਦ ਸਿੰਘ ਦੇ ਕਈ ਕਹਿੰਦੇ ਆ ਸਾਨੂੰ ਸਰਦਾਰ ਬਾਗੀ ਹੱਕ ਸੱਚ ਲਈ ਲੜਦੇ ਰਹੇ ਮੁੱਢੋਂ ਤਾਈਓ ਰਿਹਾ ਇਹ ਸਾਡਾ ਕਿਰਦਾਰ ਬਾਗੀ ਬਾਬਰ ਨੂੰ ਜਾਬਰ ਕਹਿਣ ਵਾਲੇ ਸਾਡੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਬਾਗੀ ਔਰੰਗਜ਼ੇਬ ਨਾਲ ਜਿਨ੍ਹਾਂ ਦੀ ਖੜਕਦੀ ਰਹੀ ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਬਾਗੀ ਬੰਦਾ ਸਿੰਘ ਬਾਗੀ ਦੀਪ ਸਿੰਘ ਬਾਗੀ ਨਲੂਆ ਹਰੀ ਸਿੰਘ ਸਿੱਪਲ ਸਲਾਰ ਬਾਗੀ ਭਗਤ ਸਿੰਘ ਬਾਗੀ ਉਦਮ ਸਿੰਘ ਬਾਗੀ ਸਰਾਬਾ ਕਰਤਾਰ ਬਾਗੀ ਤੇ ਬਾਗੀ ਕੇਸਰੀ ਰੰਗ ਸ਼ਹਾਦਤਾਂ ਦਾ ਆ ਸਾਡੇ ਸੀਸ ਤੇ ਸਜੀ ਦਸਤਾਰ ਬਾਗੀ ਨਾਲ ਲੋਹ ਦੇ ਲਿਖਿਆ ਇਤਿਹਾਸ ਬਾਗੀ ਲੋਕੀ ਕਹਿੰਦੇ ਸਾਡੇ ਵਿਚਾਰ ਬਾਗੀ ਬਾਗੀ ਬਣਨ ਨੂੰ ਜੀ ਨਹੀਂ ਕਰਦਾ ਸਾਨੂੰ ਬਣਾਉਂਦੀ ਆ ਜਲਮ ਸਰਕਾਰ ਬਾਗੀ ਲਾਸਟ ਕੁਐਸਚਨ ਹੈ ਜੇ ਗੱਲ ਕਰੀਏ ਸਮੇਂ ਨਰਿੰਦਰ ਮੋਦੀ ਦਾ ਤੇ ਉਹਨਾਂ ਨੇ ਜਿਹੜੇ ਤੁਸੀਂ ਦੱਸਿਆ ਕਿ ਹੈ ਨਾ ਬਾਗੀ ਇਤਿਹਾਸ ਬਾਰੇ ਹੈ ਨਾ ਤੁਸੀਂ ਦੱਸਿਆ ਕਿ ਉਹਨਾਂ ਨੂੰ ਇਹ ਇਤਿਹਾਸ ਪਤਾ ਹੋਏਗਾ ਜਾਂ ਜਾਣ ਬੁੱਝ ਕੇ ਇੱਕ ਮਿੰਟ ਜੇ ਦੇਖਿਆ ਜਾਵੇ ਇੱਕ ਬੰਨੇ ਤਾਂ ਕਹੀ ਜਾਂਦੇ ਇਹਨਾਂ ਨੇ ਬਹੁਤ ਰੌਲਾ ਪਾ ਦਿੱਤਾ ਕਿ ਜੀ ਚਾਹ ਵੇਚਣ ਵਾਲਾ ਚਾਹ ਬਣਾਉਣ ਵਾਲਾ ਪ੍ਰਧਾਨ ਮੰਤਰੀ ਬਣਿਆ ਤੇ ਉਹਨੂੰ ਕੀ ਸਵਾਹ ਪਤਾ ਹੋਊਗਾ ਸਾਡੇ ਬਾਰੇ ਇਹ ਜੇ ਚਾਹੁੰਦਾ ਕਿ ਮੈਂ ਸਾਰਾ ਕੁਝ ਹਿੰਦੂ ਕਾਇਮ ਕਰਨਾ ਚਾਹੁੰਦਾ ਰਾਜ ਤੇ ਫਿਰ ਔਰੰਗਜ਼ੇਬ ਨੇ ਵੀ ਕਿਹਾ ਸੀ ਉਹਨੇ ਹਿੰਦੂਆਂ ਦੀਆਂ ਮੰਦਿਰ ਸ਼ਿਵਾਲੇ ਢਾ ਕੇ ਮਸੀਤਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ ਫਿਰ ਬਾਹ ਪੜਨ ਵਾਲਾ ਕੌਣ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੌਵੇਂ ਜਾਮੇ ਵਿੱਚ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਭੁੱਲ ਗਏ ਛੇਵੇਂ ਗੁਰੂ ਨਾਨਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਨੇ ਵੀ ਗਵਾਲੀਅਰ ਦੇ ਕਿਲੇ 'ਚ ਉਹਨਾਂ ਦੇ ਵੱਡ ਵਡੇਰਿਆਂ ਨੂੰ ਰਿਹਾਅ ਕਰਵਾਇਆ ਕਿ ਭੁੱਲ ਗਿਆ ਇਤਿਹਾਸ ਨੂੰ ਇਹ ਕੀ ਉਹਨਾਂ ਨੂੰ ਵੀ ਅੱਤਵਾਦੀ ਕਹੂਗਾ ਪਰ ਖਾਲਸਾ ਜੀ ਜੇ ਇੱਥੇ ਗੱਲ ਕੀਤੀ ਜਾਵੇ ਤਾਂ ਇੱਥੇ ਕਿਸਾਨੀ ਲੜਾਈ ਹੈ ਹੈ ਨਾ ਜੀ ਧਰਮ ਕਿਸੇ ਨੂੰ ਵੀ ਜਾਂ ਨਰਿੰਦਰ ਮੋਦੀ ਨੂੰ ਜਾਂ ਅਸੀਂ ਕਿਸੇ ਨੂੰ ਵੀ ਧਰਮ ਦੀ ਉਹ ਨਹੀਂ ਚੀਜ਼ ਨਹੀਂ ਦੱਸਦੇ ਇੱਥੇ ਧਰਮ ਦੀ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਸਾਰਾ ਇਕੱਠਾ ਹੀ ਹੋ ਜਾਂਦਾ ਕਿਉਂਕਿ ਬਾਰ ਬਾਰ ਸਾਨੂੰ ਸਾਡੇ ਤੇ ਅਟੈਕ ਕੀਤੇ ਜਾਂਦੇ ਆ ਕਿਸੇ ਵੀ ਤਰੀਕੇ ਦੇ ਨਾਲ ਤੇ ਇੱਥੇ ਨਾ ਤੇ ਆਪਾਂ ਕੋਈ ਗੱਲ ਕਰ ਰਹੇ ਹਾਂ ਕਿ ਜੀ ਧਰਮ ਨੂੰ ਟਾਰਗੇਟ ਬਣਾਇਆ ਜਾ ਇਹ ਬਣਾ ਰਹੇ ਆ ਇਹ ਸਾਨੂੰ ਅੱਤਵਾਦੀਆਂ ਦਾ ਨਾਮ ਦੇ ਰਹੇ ਆ ਠੀਕ ਆ ਹੁਣ ਜਿਹੜੇ ਵਿਦੇਸ਼ਾਂ ਦੇ ਵਿੱਚੋਂ ਸਾਰੇ ਸਪੋਰਟ ਕਰ ਰਹੇ ਆ ਸਾਡੀ ਇਹ ਸਾਨੂੰ ਪਤਾ ਕਿ ਅਸੀਂ ਹੱਕ ਲੈਣੇ ਆ ਨੌਜਵਾਨੀ ਨਾਲ ਜੁੜੀ ਹੈ ਇਹ ਪਹਿਲਾਂ ਜਾਣਦੀਆਂ ਸੀ ਜਦੋਂ ਵੀ ਬਗਾਵਤ ਕਰਨੀ ਇਹਨਾਂ ਬਾਬਤ ਉਹ ਨੌਜਵਾਨੀ ਨੇ ਕਰਨੀ ਹੈ ਇਹ ਤਾਂ ਕਰਕੇ ਸਾਨੂੰ ਭੜਕਾਉਣ ਦੀਆਂ ਗੱਲਾਂ ਕਰ ਰਹੇ ਆ ਕਿਸੇ ਨਾ ਕਿਸੇ ਤਰ੍ਹਾਂ ਇਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਚੱਲ ਰਿਹਾ ਕਿਸੇ ਨਾ ਕਿਸੇ ਤਰ੍ਹਾਂ ਇਹਨਾਂ ਨੂੰ ਹਲਾਇਆ ਜਾਵੇ ਤਾਂ ਜੋ ਇਹ ਗੱਲਾਂ ਕਰਨ ਲਈ ਹੋਰ ਇਹਨਾਂ ਦੇ ਕੋਲ ਮੀਡੀਆ ਰਾਹੀਂ ਆਪਣਾ ਪ੍ਰਦਰਸ਼ਨ ਕਰ ਸਕਣ ਨੌਜਵਾਨ ਵੇਖੇ ਸੀ ਕਦੀ ਇੰਨੇ ਅੰਦੋਲਨ ਦੇ ਵਿੱਚ ਨਹੀਂ ਜੀ ਇਹ ਸਭ ਨੇ ਆਪਾਂ ਪਹਿਲੀ ਵਾਰੀ ਵੇਖਿਆ ਕਿਉਂਕਿ ਸਾਰਿਆਂ ਨੂੰ ਇੰਜ ਹੀ ਜਾਪਦਾ ਸੀ ਕਿ ਨੌਜਵਾਨੀ ਇੰਟਰਨੈਟ ਨੇ ਖਾ ਲਈ ਨੌਜਵਾਨੀ ਨਸ਼ਿਆਂ ਨੇ ਖਾ ਲਈ ਪਰ ਅੱਜ ਦੱਸ ਦਿੱਤਾ ਨੌਜਵਾਨੀ ਨੇ ਵੀ ਕਿ ਹੱਕ ਕਿਸ ਤਰ੍ਹਾਂ ਲਈਦੇ ਆ ਜੀ ਜੇ ਗੱਲ ਕੀਤੀ ਜਾਵੇ ਇਸ ਸਮੇਂ ਤਾਂ ਤੁਸੀਂ ਇਹ ਚੀਜ਼ ਕਹਿ ਸਕਦੇ ਹੋ ਕਿ ਇਹ ਜਿਹੜੀ ਸਰਕਾਰਾਂ ਨੇ ਉਹਨਾਂ ਨੂੰ ਸੁੱਤੇ ਨੌਜਵਾਨ ਜੇ ਕਹੀਏ ਜਾਂ ਜਿਹੜੇ ਉਹ ਸਮਝ ਰਹੇ ਨੇ ਜਾਗੇ ਜਾਗੇ ਪਹਿਲਾਂ ਤੋਂ ਹੀ ਸੀ ਅਟਰੈਕਟਰ ਵੇਖੋ ਸ਼ਿੰਗਾਰੇ ਹੋਏ ਕਿਹੜਾ ਹੁਣ ਸ਼ਿੰਗਾਰ ਕੇ ਲੈ ਕੇ ਆਇਆ ਇਹ ਪਹਿਲਾਂ ਇਹਨਾਂ ਨੇ ਸ਼ਿੰਗਾਰ ਕੇ ਰੱਖੇ ਪਰ ਸਮਾਂ ਸਾਨੂੰ ਹੁਣ ਮਿਲਿਆ ਜੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਜੋ ਹੈ ਇਸ ਮੋਰਚੇ ਦੇ ਵਿੱਚ ਸਿਰਫ ਕਿਸਾਨ ਸ਼ਾਮਿਲ ਨਹੀਂ ਦਾਡੀ ਜੱਥੇ ਸਿੰਘ ਜਿਹੜੇ ਨੇ ਉਹ ਇਸ ਮੋਰਚੇ ਦੇ ਵਿੱਚ ਆ ਰਹੇ ਨੇ ਜੋ ਜੋਸ਼ ਭਰ ਰਹੇ ਨੇ ਜੋਸ਼ ਦੀਆਂ ਗੱਲਾਂ ਕਰ ਰਹੇ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਜੋ ਹੈ ਕਿਸਾਨਾਂ ਦਾ ਸਹਿਯੋਗ ਕੀਤਾ ਜਾਏਗਾ ਬਣੇ ਰਹੋ ਦਾ ਟੀਵੀ ਐਨ ਆਰ ਆਈ ਦੇ ਨਾਲ।